हेलो। हाँ मुंशी, बंदे चक्के कि नहीं गल आले? जे नहीं चक होंगे फिर मैं चकदा सारे दे फट्टे। वो चलो तुसी भी खिंचो नाका मुलाजमा। ਅੱਜਕੱਲ ਬਹੁਤ ਟ੍ਰੈਫਿਕ ਮਾੜਾ ਹੋ ਗਿਆ। ਹੈਲਮਟ ਕੋਈ ਪਾਉਂਦਾ ਨਹੀਂ ਆ, ਸਾਡੀ ਗੱਲ ਕੋਈ ਮੰਨਦਾ ਨਹੀਂ ਆ। ਬਸ ਐਕਸੀਡੈਂਟ ਹੋਈ ਜਾਂਦੇ, ਬੰਦੇ ਮਰੀ ਜਾਂਦੇ, ਸਾਨੂੰ ਕਿ ਅਸੀਂ ਤਾਂ ਆਪਣੀ ਡਿਊਟੀ ਕਰਨੀ ਆ। ਰੱਖ ਧਿਆਨ ਰੋਡ ਤੇ, ਹੁਣ ਵੇਖੀਏ ਕੋਈ ਆਉਂਦਾ ਕਿ ਨਹੀਂ ਆਉਂਦਾ। ਇਧਰ ਨੂੰ ਵੇਖ ਲਾ, ਲੈ ਆ ਗਿਆ ਆ ਗਿਆ ਆ ਗਿਆ। ਰੋਕੋ ਰੋਕੋ ਇਹਨੂੰ ਰੋਕੋ। ਹੈਲੋ ਹੈਲੋ ਹੈਲੋ, ਰੋਕ 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 ਭਾਈ, ਬੈਠ ਨਾ ਮਾਰ, ਰੋਕ 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 ਰੁਕ ਲੈ ਜੀ ਸਾਹਿਬ ਬਦਰ। ਅੱਛਾ ਇਹ ਦੱਸੋ ਵੀ ਹੈਲਮਟ ਕਿਉਂ ਨਹੀਂ ਪਾਇਆ ਜਨਾਬ? ਹੈਲਮਟ ਹੈਲਮਟ ਜੀ, ਮੈਂ ਟੋਪੀ ਨਾਲ ਜੱਚਦਾ ਨਹੀਂ ਜੀ। ਅੱਛਾ ਅੱਛਾ, ਟੋਪੀ ਨਾਲ ਜੱਚਦਾ, ਹੈਲਮਟ ਹੈ ਨਹੀਂ। ਮਨਿੰਦਰ ਕੌਰ ਕੱਟ ਦੇ ਇਹਦਾ ਚਲਾਨ। ਐਦਾਂ ਕਰੋ, ਆਪਣਾ ਲਾਇਸੈਂਸ ਕੱਢੋ। ਲਾਇਸੈਂਸ ਸਾਹਿਬ ਬਦਰ, ਲਾਇਸੈਂਸ ਤੇ ਘਰ ਰਹਿ ਗਿਆ ਜੀ। ਉਹਨੇ ਤੇਰੇ ਲਾਇਸੈਂਸ ਘਰ ਭੁੱਲ ਗਿਆ, ਤੂੰ ਆਪਣੇ ਆਪ ਨੂੰ ਘਰ ਨਹੀਂ ਭੁੱਲਿਆ ਹੈ ਨਾ? ਮਨਿੰਦਰ ਕੌਰ ਕੱਟ ਦੇ ਤਾਂ ਦੂਜਾ ਚਲਾਨ। ਦੂਜਾ ਵੀ ਗੱਲ ਤਾਂ ਸੁਣੇ, ਮੈਂ ਕਿਹਾ ਮੈਡਮ ਗੱਲ ਮੈਂ ਸੁਣਦਾ ਗੱਲ, ਉਦੋਂ ਮੇਲਾ ਸਾਹਿਬ ਖੜੇ ਆ। ਅੱਛਾ ਇੱਦਾਂ ਕਰ, ਇੰਸ਼ੋਰੈਂਸ ਦਿਖਾਓ। ਜਨਾਬ ਇੰਸ਼ੋਰੈਂਸ ਮੈਂ ਕਿਹਾ ਨਵੇਂ ਸਾਲ ਚ ਕਰਾਵਾਂਗੇ ਜੀ, ਥੋੜੇ ਜਿਹੇ ਰਹਿ ਗਏ ਜੀ। ਅੱਛਾ ਅੱਛਾ, ਇੰਸ਼ੋਰੈਂਸ ਵੀ ਨਵੇਂ ਸਾਲ ਚ ਕਰਾਉਣੀ ਆ? ਹਾਂਜੀ। ਲੈ ਮਹਿੰਦਰ ਕੌਰ ਕੱਟ ਦੇ ਦਾ ਤੀਜਾ ਚਲਾਨ ਕੱਟ ਰਹੀਆਂ ਨੇ। ਗੱਲ ਤਾਂ ਸੁਣ, ਗੱਲ ਮੈਂ ਸੁਣਦਾ ਪਿਆ ਵਾ। ਸਾਹਿਬ ਬਦਰ ਕੁਛ ਕਰ ਲਓ ਜੀ। ਆ ਲਓ ਜੀ, ਆ ਦੇਖੋ ਸ਼ਰੇਆਮ ਕੁਛ ਕਰ ਲਓ। ਅੱਛਾ ਬਟੂਆ ਹੋਗਾ ਜੇਲ ਚ? ਬਟੂਆ ਸਾਹਿਬ ਬਦਰ, ਬਟੂਆ ਦਾ ਜੀ ਮੈਂ ਅੱਜ ਘਰ ਭੁੱਲ ਗਿਆ ਜੀ। ਬਟੂਆ ਵੀ ਘਰ ਭੁੱਲ ਗਿਆ? ਹਾਂਜੀ। ਮਹਿੰਦਰ ਕੌਰ ਕੱਟ ਦੇ ਇਹਦਾ ਚੌਥਾ ਚਲਾਨ ਹੈ। ਗੁੰਡੂ ਸਾਹਿਬ ਬਦਰ ਗੱਲ ਸੁਣੋ, ਤਿੰਨ ਚਲਾਨ ਪਹਿਲੋਂ ਕੱਟੇ ਗਏ, ਚੌਥਾ ਚਲਾਨ ਕਾਹਦਾ? ਚੌਥਾ ਇਸ ਕਰਕੇ ਵੀ ਤੂੰ 65,000 ਦੀ ਐਕਟਿਵਾ ਦੇ ਬਿਨਾਂ ਪੈਸਿਆਂ ਤੋਂ ਘੁੰਮੀ ਜਾਂਦਾ।